ਜੈ ਸਾਂਝ ਦੀ ਸਾਰਿਆਂ ਨੂੰ ਜੀ। ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ, ਅਤੇ ਅੱਜ ਦੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ, ਇਹ ਗੱਲ ਉਹ ਜ਼ਿਆਦਾਤਰ ਜਾਣਦੇ ਹੋਣਗੇ ਜਿਹੜੇ ਬਹੁਤ ਸਾਲਾਂ ਤੋਂ ਨਕੋਦਰ ਦਰਬਾਰ ਜਾ ਰਹੇ ਨੇ। ਜਦੋਂ ਆਪਾਂ ਮੇਨ ਹਾਈਵੇ ਤੋਂ ਨਕੋਦਰ ਦਰਬਾਰ ਥੱਲੇ ਉੱਤਰਦੇ ਹਾਂ, ਰੋਡ ਲੈਫਟ ਸਾਈਡ ਮੁੜ ਕੇ ਦਰਬਾਰ ਵਾਲੀ ਰੋਡ 'ਤੇ ਚੜ੍ਹਦੇ ਹਾਂ, ਤਾਂ ਤੁਸੀਂ ਪੁਰਾਣੇ ਜਿੰਨੇ ਵੀ ਨੇ ਤੁਸੀਂ ਦੇਖਿਆ ਹੋਣਾ, ਉੱਥੇ ਇੱਕ ਟਰੱਕ ਯੂਨੀਅਨ ਹੁੰਦੀ ਸੀ ਦਰਬਾਰ ਤੋਂ ਪਹਿਲਾਂ ਹੀ ਲੈਫਟ ਸਾਈਡ ਦੇ ਉੱਤੇ, ਜਿਹਦੇ ਅੰਦਰ ਤੁਸੀਂ ਟਰੱਕ ਖੜ੍ਹੇ ਵੀ ਦੇਖੇ ਹੋਣਗੇ ਗਲੇ ਸੜੇ। ਉਹ ਟਰੱਕ ਇੱਦਾਂ ਖੜ੍ਹੇ ਸੀ, ਉਹਨਾਂ ਦੇ ਪਿੱਛੇ ਰਾਜ ਕੀ ਸੀ? ਕਹਿੰਦੇ ਕਿ ਸਾਈ ਲਾਡੀ ਸ਼ਾਹ ਸਰਕਾਰ ਨੇ ਉਸ ਟਰੱਕ ਯੂਨੀਅਨ ਦੇ ਮਾਲਕ ਨੂੰ ਇਹ ਗੱਲ ਕਹੀ ਸੀ ਕਿ ਭਾਈ ਸਾਨੂੰ ਦਰਬਾਰ ਵਾਸਤੇ ਜੇ ਤੂੰ ਆ ਜਗ੍ਹਾ ਦੇ ਦੇਵੇਂ ਤਾਂ ਸਾਡਾ ਦਰਬਾਰ ਬਣ ਜੂਗਾ, ਅਤੇ ਤੈਨੂੰ ਅਸੀਂ ਇਸ ਜਗ੍ਹਾ ਦੇ ਬਦਲੇ ਕੋਈ ਬਾਹਰ ਜਗ੍ਹਾ ਲੈ ਦਿੰਦੇ ਹਾਂ ਹੋਰ, ਜਾਂ ਇਹਦਾ ਜੋ ਵੀ ਰੇਟ ਚੱਲਦਾ ਹੋਊਗਾ ਇੱਦਾਂ ਦਾ ਕਰਕੇ, ਆਪਾਂ ਜੋ ਵੀ ਸਾਈਂ ਜੀ ਦੀ ਉਹਦੇ ਨਾਲ ਗੱਲ ਹੋਈ ਵੀ ਤੂੰ ਸਾਨੂੰ ਜਗ੍ਹਾ ਦੇ ਦੇਵੇ ਦਰਬਾਰ ਵਾਸਤੇ। ਪਰ ਉਹ ਜਿਹੜਾ ਟਰੱਕ ਯੂਨੀਅਨ ਸੀ, ਜਿਵੇਂ ਆਪਾਂ ਕਈ ਜਾਣਦੇ ਹਾਂ, ਕਈ ਇੱਦਾਂ ਦੇ ਹੁੰਦੇ ਨੇ ਲੋਕ ਵੀ ਨਹੀਂ 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 ਅਸੀਂ ਇੱਦਾਂ ਨਹੀਂ, ਇੱਦਾਂ ਨਹੀਂ, ਸਾਡੇ ਇੱਦਾਂ ਹੈ, ਸਾਡੇ ਇੱਦਾਂ ਹੈ, ਤਾਂ ਕਹਿੰਦੇ ਉਹੀ ਟਰੱਕ ਯੂਨੀਅਨ ਨੇ ਸਾਈਂ ਜੀ ਨੂੰ ਇਹ ਗੱਲ ਕਹੀ ਸੀ ਕਿ ਨਹੀਂ, ਇੱਥੇ ਮੇਰੇ ਟਰੱਕ ਖੜ੍ਹਦੇ ਨੇ, ਮੈਂ ਨਹੀਂ ਦੇ ਸਕਦਾ। ਸਾਈਂ ਜੀ ਨੇ ਕਹਿੰਦੇ ਬੜੇ ਪਿਆਰ ਨਾਲ ਤੋਂ ਇੱਕ ਦੋ ਵਾਰੀ ਪੁੱਛਿਆ, ਪਰ ਉਹ ਹਰ ਵਾਰ ਕਹਿ ਜਾਂਦਾ ਸੀ ਇੱਥੇ ਮੇਰੇ ਟਰੱਕ ਖੜ੍ਹਦੇ ਨੇ। ਤਾਂ ਸਾਈਂ ਜੀ ਨੇ ਅਖੀਰ ਦੇ ਵਿੱਚ ਉਹਨੂੰ ਇਹੀ ਕਹਿਤਾ ਵੀ ਚੰਗਾ ਭਾਈ ਜਾ, ਤੇਰੇ ਟਰੱਕ ਹੀ ਖੜਨਗੇ। ਸਾਈਂ ਜੀ ਦੇ ਕਹੇ ਹੋਏ ਇਹ ਬੋਲ ਕਿ ਜਾ ਤੇਰੇ ਟਰੱਕ ਹੀ ਖੜਨਗੇ ਇੱਥੇ, ਐਸੇ ਪੱਕੇ ਹੋਏ ਉਹਦੇ ਟਰੱਕ ਯੂਨੀਅਨ ਦੇ ਨਾ ਜਿਹੜੇ ਟਰੱਕ ਸੀ ਅੰਦਰ ਖੜ੍ਹੇ ਖੜ੍ਹੇ ਉੱਥੇ ਗਲ ਗਏ, ਸੜ ਗਏ, ਜਿਹੜੇ ਕਿ ਮੈਂ ਵੀ ਆਪ ਆਪਣੇ ਅੱਖੀਂ ਦੇਖੇ ਨੇ, ਅਤੇ ਹੋ ਸਕਦਾ ਤੁਸੀਂ ਵੀ ਉਹ ਟਰੱਕ ਉੱਥੇ ਖੜ੍ਹੇ ਦੇਖੇ ਹੋਣ। ਟਰੱਕ ਖੜ੍ਹੇ ਖੜ੍ਹੇ ਗਲ ਗਏ, ਟਰੱਕ ਚੱਲੇ ਨਹੀਂ। ਸਾਈਂ ਜੀ ਪਰਦਾ ਕਰ ਗਏ ਕਾਫੀ ਸਾਲਾਂ ਬਾਅਦ। ਹੁਣ ਪਿੱਛੇ ਜੇ ਕਈ ਸਾਲ ਪਹਿਲਾਂ ਮਾਨ ਸਾਹਿਬ ਨੇ ਨਕੋਦਰ ਮੇਲੇ ਦੇ ਦੌਰਾਨ ਸਟੇਜ ਦੇ ਉੱਤੋਂ ਉਹਨਾਂ ਨੂੰ ਅਰਜ਼ੀ ਲਗਾਈ ਸੀ ਕਿ ਬਾਈ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਜੇ ਉਹ ਜਗ੍ਹਾ ਸਾਨੂੰ ਤੁਸੀਂ ਦੇ ਦੇਵੋ ਦਰਬਾਰ ਵਾਸਤੇ, ਸਾਡੀ ਜਿਹੜੀ ਸੰਗਤ ਆ ਦਰਬਾਰ ਦੀ ਉਹਨੂੰ ਬਹਿਣ 'ਚ ਔਖਾ ਨਹੀਂ ਹੋਊਗਾ ਮੇਲੇ ਵਿੱਚ, ਜਿਵੇਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ। ਉਦੋਂ ਵੀ ਉਹਨਾਂ ਨੇ ਗੱਲ ਨਹੀਂ ਮੰਨੀ, ਪਰ ਹੁਣ ਪਿਛਲੇ ਮੇਰੇ ਖਿਆਲ ਨਾਲ ਕੁਛ ਸਾਲਾਂ ਪਹਿਲਾਂ ਹੀ ਉਹ ਟਰੱਕ ਯੂਨੀਅਨ ਵਾਲਿਆਂ ਨੇ ਉਹ ਜਗ੍ਹਾ ਦਰਬਾਰ ਨੂੰ ਦਿੱਤੀ, ਅਤੇ ਹੁਣ ਤੁਸੀਂ ਦੇਖ ਸਕਦੇ ਹੋ ਉੱਥੇ ਕੋਈ ਟਰੱਕ ਯੂਨੀਅਨ ਨਹੀਂ, ਸਾਰਾ ਦਰਬਾਰ ਬਣਿਆ ਹੋਇਆ। ਸੋ ਇਹ ਸਾਈਂ ਲਾਡੀ ਸ਼ਾਹ ਸਰਕਾਰ ਨੇ ਕਿ ਜਿਹੜਾ ਅਸਲ ਫਕੀਰ ਹੁੰਦਾ ਨਾ ਉਹਦੇ ਨਾਲ ਮੱਥਾ ਲਾਉਣਾ ਬੜਾ ਔਖਾ, ਜੇ ਉਹਨੇ ਮੂੰਹ 'ਚੋਂ ਉਹ ਕਹਿੰਦੇ ਨਾ ਵੀ ਸਾਧੂ ਬੋਲੇ ਸਹਿ ਸੁਭਾਅ, ਸਾਧੂ ਦਾ ਬੋਲਾ ਬਿਰਥਾ ਨਾ ਜਾ, ਤਾਂ ਜੇ ਉਹਨੇ ਕੋਈ ਗੱਲ ਕਹਿਤੀ ਨਾ ਉਹ ਹੋਣੀ ਹੋਣੀ ਆ, ਅਤੇ ਉਹ ਵੀ ਸਾਈਂ ਲਾਡੀ ਸ਼ਾਹ ਸਰਕਾਰ ਹੋਵੇ ਤਾਂ ਨਾ ਹੋਵੇ ਉਹਦੀ ਗੱਲ ਪੱਕੀ ਇੱਦਾਂ ਹੋ ਨਹੀਂ ਸਕਦਾ। ਸੋ ਜੇ ਤੁਸੀਂ ਇਹ ਗੱਲ ਜਾਣਦੇ ਹੋ ਤਾਂ ਮੈਨੂੰ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ। ਜੈ ਸਾਈਂ ਜੀ ਦੀ।